ਕਿਸਾਨ ਭਰਾਓ ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਫਸਲਾਂ ਦੇ ਵਿੱਚੋਂ ਗੱਲਬਾਤ ਕਰਾਂਗੇ ਝੋਨੇ ਦੀ ਫਸਲ ਬਾਰੇ। ਸਮੱਸਿਆ ਹੈਗੀ ਹੈ ਕਿ ਕੁਛ ਝੋਨਿਆਂ ਦੇ ਵਿੱਚ ਨਸਾਰਾ ਸ਼ੁਰੂ ਹੋਣ ਤੋਂ ਪਹਿਲਾਂ ਥੱਲੇ ਪਰਾਲ ਬਣਦਾ, ਥੱਲੇ ਦੇ ਪੱਤੇ ਸੁੱਕ ਜਾਂਦੇ ਹੈਗੇ, ਬੱਤੀਆਂ ਬਣ ਜਾਂਦੇ ਆ ਅਤੇ ਘਾਹ ਵਰਗੇ ਮੱਚੇ ਹੋਏ ਨਜ਼ਰ ਆਉਂਦੇ ਹੈਗੇ। ਦੇਖੋ, ਇੱਕ ਬੂਟੇ ਦੇ ਉੱਤੇ ਤੰਦਰੁਸਤ ਵੱਧੋ ਵੱਧ ਜਿਹੜੇ ਪੱਤੇ ਹੈਗੇ ਆ ਉਹ ਨਵੇਂ ਪੱਤਿਆਂ ਤੋਂ ਸ਼ੁਰੂ ਹੁੰਦਾ ਹੈਗਾ ਸਾਰਾ ਸਫ਼ਰ। ਇੱਕ ਬੂਟੇ ਦੀ ਇੱਕ ਮੁੰਜਰ ਵਾਲੀ ਪਾਈਪ ਦੇ ਉੱਪਰ, ਟਿੱਲਰ ਦੇ ਉੱਪਰ ਜੇ 5 ਪੱਤੇ ਨੇ ਤਾਂ ਤੁਸੀਂ 2-3 ਹੀ ਸਿਹਤਮੰਦ ਰੱਖਣ ਦੇ ਵਿੱਚ ਕਾਮਯਾਬ ਹੋ ਸਕਦੇ ਹੋ, ਜੋ ਵੀ ਤੁਸੀਂ ਮਟੀਰੀਅਲ ਦਿੰਦੇ ਹੋ, ਜੋ ਵੀ ਵਾਤਾਵਰਨ ਰਹਿੰਦਾ ਹੈਗਾ। ਪਰ ਜੇਕਰ ਕੋਈ ਪ੍ਰੋਡਕਟ ਤੁਸੀਂ ਇਸ ਤਰ੍ਹਾਂ ਦਾ ਵਰਤਿਆ ਹੈਗਾ ਜਿਹਦੇ ਵਿੱਚ ਗਰੋਥ ਪ੍ਰਮੋਟਰ ਸੀਗਾ, ਜਿਹਦੇ ਵਿੱਚ ਪੌਦੇ ਦੇ ਵਿੱਚ ਪਾਣੀ ਦੀ ਮਾਤਰਾ ਵੱਧਦੀ ਹੈ, ਕਲੋਰੋਫਿਲ ਵੱਧਦੀ ਹੈ, ਬਾਇਓਮਾਸ ਵੱਧਦਾ ਹੈਗਾ, ਤਾਂ ਉਹਦੇ ਵਿੱਚ ਹੋ ਸਕਦਾ ਹੈਗਾ ਕਿ ਜਦੋਂ ਨਸਾਰਾ ਹੋਵੇ ਬੂਟੇ ਦੀ ਵੱਧੋ ਵੱਧ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾ ਝੰਡਾ ਪੱਤਾ ਅਤੇ ਦੂਜਾ ਝੰਡਾ ਪੱਤਾ ਇਹੀ ਤੰਦਰੁਸਤ ਰੱਖੇ ਜਾਂਦੇ ਆ, ਬਾਕੀ ਸਾਰੀ ਪੱਤਿਆਂ ਵਿੱਚੋਂ ਖੁਰਾਕ ਕੱਢ ਕੇ ਉਹ ਜਿਹੜੀ ਸਾਰੀ ਐਨਰਜੀ ਹੈ, ਊਰਜਾ, ਉਹ ਜਾਂ ਤਾਂ ਬੱਲੀ ਬਣਾਉਣ 'ਤੇ, ਮੁੰਜਰ ਬਣਾਉਣ 'ਤੇ ਲਾਉਂਦਾ ਹੈਗਾ, ਉਹਦੀ ਡਿਵੈਲਪਮੈਂਟ 'ਤੇ ਲਾਉਂਦਾ ਹੈਗਾ, ਜਾਂ ਉਹ ਨਵੇਂ ਪੱਤਿਆਂ ਦੀ ਸਿਹਤ ਦੇ ਉੱਤੇ ਖਰਚ ਕਰਦਾ ਹੈਗਾ। ਪਰ ਤੁਸੀਂ ਇਸ ਦੇ ਲਈ ਇਹਨੂੰ ਸੀਥ ਫਲੈਟ ਮੰਨੀ ਜਾਂਦੇ ਹੋ। ਮੈਂ ਦੇਖੀ ਜਾਂਦਾ ਰੀਲਾਂ ਹੈਗਾ, ਕਈ ਵਾਣੀਏ ਵੀਰ ਜਾਂ ਪੈਸਟੀਸਾਈਡ ਵਿਕਰੇਤਾ ਵੀਰ ਜਿਹੜੇ ਹੈਗੇ ਕਹਿੰਦੇ ਸੀਥ ਫਲਾਈਟ ਹੈ। ਸੀਥ ਫਲਾਈਟ ਜੇਕਰ 100-150 ਦਿਨ ਦੀ, 150 ਦਿਨ ਦੀ ਕੋਈ ਕਿਸਮ ਹੈਗੀ ਆ ਤਾਂ 30 ਦਿਨ ਦੀ ਪਨੀਰੀ ਲੱਗੀ ਹੈਗੀ ਆ, ਤਾਂ ਲਗਭਗ 45-60 ਦਿਨਾਂ, 65 ਦਿਨਾਂ ਦੇ ਵਿੱਚ ਜਿਹੜਾ ਸਫ਼ਰ ਹੈਗਾ ਇਸ ਅਵਸਥਾ ਦੇ ਉੱਪਰ ਦਿਖਾਈ ਦਿੰਦਾ ਹੈਗਾ। ਨਸਾਰਾ ਹੋਣ ਤੋਂ ਮਤਲਬ ਪਹਿਲਾਂ ਜਿਹਦੇ ਗੋਭ ਦੇ ਵਿੱਚ ਬੱਲੀ ਆ ਗਈ, ਮੁੰਜਰ ਆ ਗਈ, ਛੋਟੀ ਜਿਹੀ ਮੁੰਜਰ ਆ ਗਈ ਜਿਹਨੂੰ ਆਪਾਂ PI ਸਟੇਜ ਕਹਿੰਦੇ ਹਾਂ, ਅਗਰ ਉਹ ਮੁੰਜਰ ਪੂਰੀ ਡਿਵੈਲਪ ਹੋ ਗਈ, ਪਾਈਪ ਦੇ ਉਹ ਜਿਹੜੀ ਪਾਈਪ ਹੈ ਉਹਦੇ ਆਖਰੀ ਸਿਰੇ 'ਤੇ ਆ ਗਈ, ਤਾਂ ਉਹਨੂੰ ਆਪਾਂ ਬੂਟਿੰਗ ਸਟੇਜ ਕਹਿੰਦੇ ਹਾਂ, ਜਦੋਂ ਬਾਹਰ ਨਿਕਲਦੀ ਉਹਨੂੰ ਹੈਡਿੰਗ ਸਟੇਜ ਕਹਿੰਦੇ ਹਾਂ। ਇਹਨਾਂ ਅਵਸਥਾਵਾਂ 'ਤੇ ਇਹਦਾ ਭਿਆਨਕ ਹਮਲਾ ਨਹੀਂ ਹੁੰਦਾ, ਉਦੋਂ ਪਹਿਲਾਂ ਹੀ ਹੁੰਦਾ, ਅਤੇ ਬੂਟਾ ਵੀ ਆਪਦੇ ਤੰਤਰ ਨੂੰ ਇਸ ਤਰ੍ਹਾਂ ਡਿਵੈਲਪ ਕਰਕੇ ਰੱਖਦਾ ਹੈਗਾ ਵੀ ਆਪਾਂ ਹੁਣ ਮੇਨ ਕੰਮ ਕਰਨ ਲੱਗੇ ਹਾਂ, ਆਪਣੀ ਅਗਲੀ ਪੀੜ੍ਹੀ ਵਾਸਤੇ ਆਪਾਂ ਨੀਂਹ ਪੱਥਰ ਰੱਖਣ ਲੱਗੇ ਹਾਂ, ਤਾਂ ਉਹ ਵੱਧੋ ਵਧੀਆ ਇਮਿਊਨਿਟੀ ਸਿਸਟਮ ਬਣਾਉਂਦਾ, ਖੁਰਾਕੀ ਤੱਤਾਂ ਨੂੰ ਗ੍ਰਹਿਣ ਕਰਦਾ, ਜੇ ਖੁਰਾਕੀ ਤੱਤਾਂ ਦੀ ਕਮੀ ਰਹੂਗੀ ਤਾਂ ਬੱਲੀਆਂ ਦੇ ਵਿੱਚ ਪੈਨੀਕਲ ਦੀ ਲੈਂਥ, ਦਾਣਿਆਂ ਦੇ ਵਿੱਚ ਕਮੀ ਆ ਸਕਦੀ ਹੈਗੀ ਹੈ। ਬਟ ਜਿਹੜੇ ਇਹ ਥੱਲੇ ਪੱਤੇ ਸੁੱਕ ਰਹੇ ਹੈਗੇ ਆ, ਇਹ ਹੋ ਸਕਦਾ ਹੈਗਾ ਕਿ ਨਹਿਰੀ ਪਾਣੀ ਜ਼ਿਆਦਾ ਲੱਗਦਾ ਹੋਵੇ, ਫਸਲ ਨੂੰ ਸੋਕਾ ਹੀ ਨਾ ਲੱਗਿਆ ਹੋਵੇ। ਫਸਲ ਦੇ ਵਿੱਚ ਗਰੋਥ ਪ੍ਰਮੋਟਰ ਵੀ ਇੱਕ ਤਰੀਕੇ ਦੇ ਹੈਗੇ ਆ, ਜਿਵੇਂ ਹਿਊਮਿਕ ਐਸਿਡ ਆ, ਜਿਵੇਂ ਕੋਈ ਇਸ ਤਰ੍ਹਾਂ ਦਾ ਪ੍ਰੋਡਕਟ ਜਿਹਦੇ ਨਾਲ ਤੁਸੀਂ ਕੋਈ ਸੁੰਡੀ ਮਾਰਦੇ ਹੋ, ਜਿਵੇਂ ਕਾਰਟੈਪ ਹੈ, ਫੋਰਟ ਹੈ, ਜਾਂ ਕਲੋਰੋਪੈਰੀਫੋਸ ਹੈ, ਗ੍ਰੈਨੂਅਰ, ਜਿੰਨੀ ਵੀ ਪੈਸਟੀਸਾਈਡ ਜਿਹੜੀ ਗ੍ਰੈਨੂਅਰ ਦਾਣੇਦਾਰ ਛਿੱਟਾ ਦੇਣ ਵਾਸਤੇ ਤੁਸੀਂ ਵਰਤਦੇ ਹੈਗੇ ਹੋ, ਈਵਨ ਕਿ ਫੰਗੀਸਾਈਡ ਵੀ, ਉਹਦੇ ਵਿੱਚ ਵੀ ਕੋਈ ਨਾ ਕੋਈ ਨਿਊਟ੍ਰੀਸ਼ਨ ਹੁੰਦਾ ਹੀ ਹੈ, ਕੋਈ ਨਾ ਕੋਈ ਹਾਰਮੋਨ, ਕੋਈ ਗਰੋਥ ਪ੍ਰਮੋਟਰ, ਕੋਈ PGR, ਕੋਈ ਵੀ ਉਹਦੇ ਵਿੱਚ ਬੈਂਟੋਨਾਈਟ ਟਾਈਪ ਜਿਹੜੀ ਪਲਾਂਟ ਲੈ ਕੇ ਕੁਛ ਟਾਈਮ ਲਈ ਉਹ ਹਰਾ ਭਰਾ ਅਤੇ ਫੁੱਲਮਾ ਜਿਹਾ ਹੋ ਜਾਂਦਾ। ਇਸ ਤਰ੍ਹਾਂ ਦੇ ਪ੍ਰੋਡਕਟ ਜਿੰਨੇ ਵੀ ਹੈਗੇ, ਜੇ ਸਪਰੇਅ ਦੇ ਰੂਪ ਵਿੱਚ ਜ਼ਿਆਦਾ ਜਾਂਦੇ ਹੈਗੇ ਆ, ਤਾਂ ਅਕਸਰ ਉੱਥੇ ਨਸਾਰੇ ਦੇ ਉੱਤੇ ਆ ਕੇ ਬੂਟਾ ਕਮਜ਼ੋਰ ਜਿਹਾ ਦਿਖਾਈ ਦਿੰਦਾ ਹੈਗਾ, ਬੌਂਕਰ ਬਣ ਜਾਂਦੀ ਹੈਗੀ ਹੈ। ਜਿਹੜੇ ਵੀਰਾਂ ਦੇ ਕਿਆਰੇ ਬਹੁਤ ਲੰਮੇ ਹੁੰਦੇ ਆ, ਜਿਵੇਂ ਮੰਨ ਲਓ ਇਹ ਮੋਟਰ ਹੈਗੀ ਆ ਅਤੇ ਆਹ ਕਿਆਰਾ ਬਹੁਤ ਲੰਮਾ, ਚੌੜਾ ਘੱਟ ਹੈ ਇਹ, ਅਤੇ ਇਹਨੂੰ ਇੱਧਰਲੇ ਸਿਰੇ ਤੋਂ ਹੀ ਪਾਣੀ ਲੱਗਦਾ, ਨਹਿਰੀ ਪਾਣੀ ਬਿਲਕੁਲ ਨਹੀਂ ਲੱਗਦਾ, ਇਹਦੇ ਵਿੱਚ ਸੋਡੀਅਮ ਜਿਹੇ ਅੰਸ਼ ਜ਼ਿਆਦਾ ਹੈਗੇ ਆ, ਤਾਂ ਉਹ ਪਾਣੀ ਲੱਗ ਗਿਆ, ਭਰ ਗਿਆ, ਅਗਲੇ ਦਿਨ ਫਿਰ ਪਾਣੀ ਲੱਗ ਗਿਆ, ਉਹ ਪਾਣੀ ਭਰ ਗਿਆ, ਸੁੱਕ ਗਿਆ, ਭਰ ਗਿਆ, ਸੁੱਕ ਗਿਆ, ਤਾਂ ਉਹ ਜਿਹੜੇ ਲੂਣ ਸਰਫਸ 'ਤੇ ਜਮ੍ਹਾਂ ਹੋਈ ਜਾਂਦੇ ਉਹ ਅਗਲਾ ਪਾਣੀ ਗਾਹਾਂ ਦੀ ਗਾਹਾਂ ਲੈ ਕੇ ਜਾਈ ਜਾਂਦਾ ਹੈਗਾ, ਤਾਂ ਮਗਰਲੀ ਫਸਲ ਦੀ ਗਰੋਥ ਬਹੁਤ ਘੱਟ ਹੁੰਦੀ ਹੈਗੀ ਆ, ਜਾਂ ਜਿਨ੍ਹਾਂ ਦੀਆਂ ਮਿੱਟੀਆਂ ਦੇ ਕਣ ਬਹੁਤ ਬਰੀਕ ਆ, ਜਿਹਨੂੰ ਆਪਾਂ ਰੈੱਡ ਸੋਇਲ ਕਹਿੰਦੇ ਹਾਂ, ਚਿਕਨੀ ਸੋਇਲ ਕਹਿੰਦੇ ਹਾਂ, ਡਾਕਰ ਮਿੱਟੀ ਕਹਿੰਦੇ ਹਾਂ, ਉਹਨਾਂ ਦੇ ਵਿੱਚੋਂ ਹਵਾ ਨਿਕਲ ਜਾਂਦੀ ਹੈਗੀ ਹੈ, ਜੇ ਫਾਰਮਰ ਸੁਕਾਉਂਦੇ ਆ ਤਾਂ ਤੇੜਾਂ ਪੈ ਜਾਂਦੀਆਂ ਹੈਗੀਆਂ, ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈਗੀ ਆ। ਉਹਨਾਂ ਦੇ ਵਿੱਚ ਔਰਗੈਨਿਕ ਮੈਟਰ ਦੀ ਕਮੀ ਹੋਣ ਕਰਕੇ ਜੜ੍ਹਾਂ ਦੇ ਕੋਲ ਜਾਂ ਤਾਂ ਫਲੱਡ ਬਣਦਾ ਅਤੇ ਜਾਂ ਸੈੱਲ ਦੀ ਕਮੀ ਰਹਿੰਦੀ ਹੈਗੀ ਹੈ, ਜਿਹਦੇ ਕਰਕੇ ਬੂਟੇ ਦੇ ਵਿੱਚ ਫਿਰ ਸਮੱਸਿਆਵਾਂ ਆਉਂਦੀਆਂ ਹੈਗੀਆਂ। ਉਹਦੇ ਵਿੱਚ ਜ਼ਿਆਦਾ ਪਾਣੀ ਲਾਉਣ ਕਰਕੇ ਫੁੱਟ ਰੋਟ, ਰੂਟ ਰੋਟ ਦੀ ਸਮੱਸਿਆ ਆਉਂਦੀ ਹੈਗੀ ਆ,
ਠੀਕ ਹੈ। ਪਰਮਲ ਕਿਸਮਾਂ ਦੇ ਵਿੱਚ ਤਾਂ ਝੰਡਾ ਰੋਗ ਨਹੀਂ ਆਉਂਦਾ, ਪਰ ਝੰਡਾ ਰੋਗ ਹੁੰਦਾ ਤਾਂ ਜੜ੍ਹ ਤੋਂ ਸ਼ੁਰੂ ਆ, ਤਾਂ ਕਿਸੇ ਵੀ ਫਸਲ ਝੋਨੇ ਦੀ ਕਿਸਮ ਦੇ ਵਿੱਚ ਜੇ ਜੜ੍ਹ ਦੇ ਵਿੱਚ ਸਮੱਸਿਆ ਹੈਗੀ ਆ ਤਾਂ ਉਹ ਪੌਦਾ ਪੂਰਨ ਤੌਰ 'ਤੇ ਭੋਜਨ ਗ੍ਰਹਿਣ ਕਰਦਾ ਨਹੀਂ ਹੈਗਾ, ਇਹਦਾ ਆਪਾਂ ਹੱਲ ਵੀ ਨਹੀਂ ਕਰਨਾ ਹੈ। ਇਹਦੇ ਲਈ ਬ੍ਰੈਡੀ ਤੁਹਾਨੂੰ ਫਾਈਨਲ ਕਰਨੀ ਪੈਣੀ ਆ, ਹੁਣ ਟਾਈਮ ਹੈਗਾ ਕਰ ਲਓ, ਇੱਕ ਵੀਡੀਓ ਸਪੈਸ਼ਲ ਸ਼ੂਟ ਕਰ ਰਹੇ ਹਾਂ ਉਸ 'ਤੇ, ਅਤੇ ਕੋਈ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੀਥ ਬਲਾਈਟ ਦੀ ਮੈਂ ਫੋਟੋ ਸਕਰੀਨ 'ਤੇ ਵੀ ਲਾਈ ਹੋਈ ਹੈ, ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈਗੀ ਹੈਗੀ ਸਮੱਸਿਆ ਵਾ, ਤਾਂ ਤੁਸੀਂ ਅਜੋਕਸੀਸਟ੍ਰੋਬਿਨ ਕਰ ਸਕਦੇ ਹੋ, ਪੈਰਾਕਲੈਸਟ੍ਰੋਬਿਨ ਕਰ ਸਕਦੇ ਹੋ, ਅਤੇ ਤੁਸੀਂ ਥਾਇਆਫਲੂਜ਼ਾਮਾਈਡ ਕਰ ਸਕਦੇ ਹੋ ਜਿਹਦੇ ਵਿੱਚ ਐਮੀਸਟਾਰ ਟੌਪ ਦੇ ਵਿੱਚ ਸਾਲਟ ਹੁੰਦਾ, ਸੈਲਟੀਮਾ ਦੇ ਵਿੱਚ ਹੁੰਦਾ, ਜਾਂ ਤੁਸੀਂ ਪਲਸਰ ਵਗੈਰਾ ਇਸ ਸਪਰੇਹਾਂ ਦੀ ਮਦਦ ਲੈ ਸਕਦੇ ਹੈਗੇ ਹੋ, ਪ੍ਰੋਪੀਕੋਨਾ ਜੋਲ ਦੀ ਮਦਦ ਵੀ ਲੈ ਸਕਦੇ ਹੈਗੇ ਹੋ। ਅਗਲੀ ਵੀਡੀਓ ਇੱਕ ਹੋਰ ਝੋਨੇ ਦੀ ਫਸਲ ਦੇ ਨਾਲ ਸੰਬੰਧ ਹੈਗੀ ਆ, ਉਹ ਵੀ ਅਲੱਗ ਤੋਂ ਸ਼ੂਟ ਕਰ ਰਿਹਾ ਹੈਗਾ, ਉਹਨੂੰ ਵੀ ਜ਼ਰੂਰ ਦੇਖਿਓ, ਅਤੇ ਆਪਣੇ ਸਵਾਲ ਆ ਜਿਹੜੇ ਕਮੈਂਟਾਂ ਵਿੱਚ ਲਿਖੋ, ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ 'ਤੇ ਛੋਟੀਆਂ ਵੱਡੀਆਂ ਵੀਡੀਓ ਰਾਹੀਂ ਲਗਾਤਾਰ ਅਪਡੇਟ ਦੇ ਵਿੱਚ ਰਹਿਣ ਦੇ ਲਈ ਫੋਲੋ ਕਰਦੇ ਰਹੋ। ਬਹੁਤ ਧੰਨਵਾਦ, ਥੈਂਕ ਯੂ।